ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਜਹਾਂ ਇੱਕ ਤਰਫ ਕਿਸਾਨੋ ਕੀ ਤਰਫ ਸੇ ਆਪਣੀ ਮਾਂਗੋ ਕੋ ਲੇਕਰ ਪਿਛਲੇ 5 ਦਿਨੋਂ ਸੇ ਹਰਚੋਵਾਲ ਕਸਬੇ ਕੇ ਚੌਂਕ ਮੇਂ ਹਰਗੋਬਿੰਦਪੁਰ ਗੁਰਦਾਸਪੁਰ ਸੜਕ ਜਾਮ ਕਰ ਰੋਸ ਧਰਨਾ ਚਲਾਇਆ ਜਾ ਰਿਹਾ ਹੈ। ਵਹੀਂ ਆਜ ਕਿਸਾਨੋ ਕੀ ਤਰਫ ਸੇ ਗੁਰਦਾਸਪੁਰ ਮੇਂ ਟਾਂਡਾ ਹਰਗੋਬਿੰਦਪੁਰ ਸੜਕ ਕੋ ਵੀ ਜਾਮ ਕੀਆ। ਕਿਸਾਨੋ ਨੇ ਸੜਕ ਕੇ ਉੱਪਰ ਪੱਕੇ ਤੌਰ ਪਰ ਰੋਸ ਧਰਨਾ ਲਗਾਇਆ ਔਰ ਕਿਹਾ ਹੈ ਕਿ ਜਬ ਤੱਕ ਸਰਕਾਰ ਉਨਕੀ ਮਾਂਗੇ ਨਹੀਂ ਮਾਨੇਗੀ ਤਬ ਤੱਕ ਇਹ ਦੋਨੋਂ ਧਰਨੇ ਦਿਨ ਰਾਤ ਚਲਤੇ ਰਹੇਂਗੇ, ਕਿਉਂਕਿ ਕਿਸਾਨੋ ਕੇ ਦੁਆਰਾ ਆਪਣੀ ਮਾਂਗੋ ਕੋ ਲੇਕਰ ਜਬ ਪ੍ਰਦਰਸ਼ਨ ਕੀਆ ਜਾਤਾ ਹੈ ਤੋ ਉਨਕੇ ਪ੍ਰਦਰਸ਼ਨ ਕੋ ਰੋਕਨੇ ਕੇ ਲੀਏ ਸਿਰਫ ਆਸ਼ਵਾਸਨ ਹੀ ਦੀਏ ਜਾਤੇ ਹੈ, ਉਨਕੀ ਕੋਈ ਸੁਣਵਾਈ ਨਹੀਂ ਹੋਤੀ। ਅਬ ਕਿਸਾਨੋ ਕਾ ਕਹਿਣਾ ਹੈ ਕਿ ਜਬ ਤੱਕ ਉਨਕੀ ਗੰਨੇ ਕੀ ਬਕਾਇਆ ਰਾਸ਼ੀ ਨਹੀਂ ਮਿਲਤੀ, ਚੱਡਾ ਸ਼ੂਗਰ ਮਿਲ ਖੁਲਵਾਈ ਨਹੀਂ ਜਾਤੀ, ਗੰਨੇ ਕਾ ਰੇਟ ਹਰਿਆਣਾ ਕੇ ਬਰਾਬਰ ਨਹੀਂ ਦੀਆ ਜਾਤਾ ਤਬ ਤੱਕ ਧਰਨੇ ਐਸੇ ਹੀ ਚਲਤੇ ਰਹੇਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਲੈਕਸ਼ਨ ਅਸੀਂ ਕੀੜੀ ਸ਼ੂਗਰ ਮਿਲ ਦੇ ਗਰੋਵਰ ਬੋਲਦੇ ਹਾਂ, ਉਸ ਟਾਈਮ ਤੇ ਸਾਡਾ ਪਿੰਡ ਪੰਡੋਰੀ ਮਈਆ ਸਿੰਘ, ਕਵਲਜੀਤ ਸਿੰਘ ਆਣ ਕੇ ਤੁਹਾਡੇ ਨਾਲ ਵਿਚਾਰ ਕਰਨੀ ਹੈ। ਇਹਨਾਂ ਸਰਕਾਰਾਂ ਤੇ ਇਹਨਾਂ ਮਿੱਲਾਂ ਦੇ ਸਤਾਏ ਹੋਏ ਇਸ ਤਰ੍ਹਾਂ ਕਰਾਂਗੇ, ਅੱਜ ਸਾਨੂੰ ਰੋਲਦਿਆਂ ਨੂੰ ਸੇਵਾ ਦੇਣੇ ਆ। ਮੈਂ ਤੇ ਸੇਵਾ ਨਹੀਂ ਇਸ ਤੋਂ ਪਹਿਲਾਂ ਕਹੂੰਗਾ ਕਿ ਅਸੀਂ 17 ਤਰੀਕ ਤੋਂ ਚੱਲੇ ਹੋਏ ਆ। ਦੋ ਦਿਨ ਦਸੂਹੇ ਵਿਖੇ ਅਸੀਂ ਰੋਸ ਪ੍ਰਦਰਸ਼ਨ ਕੀਤਾ, ਸਾਡੀ ਕੋਈ ਸੁਣਵਾਈ ਨਹੀਂ। ਉਦਣ ਸਾਨੂੰ ਸਮਝੌਤਾ ਕਰਕੇ ਉਠਾ ਦਿੱਤਾ ਗਿਆ ਕਿ ਤੁਹਾਡੀਆਂ ਮਿੱਲਾਂ 25 ਤਰੀਕ ਨੂੰ ਚੱਲ ਜਾਣੀਆਂ, ਪਰ ਕੋਈ ਮਿੱਲ ਨਹੀਂ ਚੱਲੀ। 25 ਤਰੀਕ ਨੂੰ ਫਿਰ ਅਸੀਂ ਮਿੱਲ ਵਾਲਿਆਂ ਨਾਲ ਵੀ ਸੰਪਰਕ ਕੀਤਾ, ਡੀਸੀ ਸਾਹਿਬ ਨਾਲ ਸੰਪਰਕ ਕੀਤਾ, SDM ਸਾਹਿਬ ਨਾਲ ਸੰਪਰਕ ਕੀਤਾ ਕਿ ਸਾਨੂੰ ਦੱਸੋ ਜਿਹੜਾ ਸਾਡਾ ਸਮਝੌਤਾ ਹੈ ਉਹ ਚ ਕੀ ਸਾਡਾ ਪੱਖ ਲੈ ਰਹੇ ਜੇ। ਨਾ ਕੋਈ ਸਾਡੀ ਫਸਲ ਦਾ ਨਵਾਂ ਰੇਟ 900 ਰਿਹਾ, ਜੋ ਕਿ ਹਰ ਸਾਲ ਹੀ ਸਰਕਾਰ ਨੂੰ ਇਹ ਪਿਛਲੇ ਸੀਜ਼ਨ ਸਮਾਪਤ ਹੁੰਦਿਆਂ ਹੋਇਆ ਰੇਟ 900 ਜਾਣਾ ਚਾਹੀਦਾ। ਉਲਟਾ ਜਦੋਂ ਸਾਡੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਆ ਉਦੋਂ ਇਹਨਾਂ ਨੂੰ ਚੇਤਾ ਹੁੰਦਾ ਕਿ ਸਾਨੂੰ ਘਾਟਾ ਪੈ ਗਿਆ, ਅਸੀਂ ਇਹ ਗੰਨਾ ਨਹੀਂ ਪੀੜ ਸਕਦੇ ਤੁਹਾਡਾ। ਇਹ ਸਰਕਾਰਾਂ ਦੇਣੇ, ਸਰਕਾਰਾਂ ਸੋਚਣ ਕੀ ਕਰਨਾ, ਕਿਵੇਂ ਚਲਾਉਣਾ, ਜ਼ਿਮੀਂਦਾਰ ਦੀ ਫਸਲ ਸਰਕਾਰ ਦਾ ਫਰਜ਼ ਬਣਦਾ ਚੁੱਕਣ ਦਾ, ਪਰ ਸਰਕਾਰਾਂ ਬਿਲਕੁਲ ਹੀ ਸੰਜੀਦਾ ਨਹੀਂ ਇਹ ਸਾਡੀ ਫਸਲ ਚੁੱਕਣ ਨੂੰ, ਚੁਕਾਉਣ ਨੂੰ। ਇਹ ਅੱਜ ਸਾਨੂੰ ਘੱਟ ਤੋਂ ਘੱਟ 20 ਦਿਨ ਲੇਟ ਮਿਲ ਕਰਕੇ ਕਰੋੜਾਂ ਦਾ ਨੁਕਸਾਨ ਜ਼ਿਮੀਂਦਾਰਾਂ ਦਾ ਕਰਤਾ ਇਹਨਾਂ ਨੇ। ਮੈਂ ਰਵਿੰਦਰ ਸਿੰਘ ਤੋਂ ਅੱਜ ਸਾਨੂੰ 6 ਦਿਨ ਤੋਂ ਆਪਾਂ ਹਰਚੋਵਾਲ ਅੱਡੇ ਦੇ ਵਿੱਚ ਧਰਨਾ ਲਾਇਆ, ਸਾਨੂੰ ਕੋਈ ਵੀ ਸਰਕਾਰ ਵੱਲੋਂ ਚਾਹੇ ਮਿਲ ਪ੍ਰਸ਼ਾਸਨ ਵੱਲੋਂ ਕੋਈ ਵੀ ਰਿਸਪੋਂਸ ਨਹੀਂ ਮਿਲੀ। ਅੱਜ ਅਸੀਂ 6ਵੇਂ ਦਿਨ ਧਰਨਾ ਹਰਚੋਵਾਲ ਤੋਂ ਚੁੱਕ ਕੇ ਤੇ ਅੱਜ ਅਸੀਂ ਮਾਝੇ ਤੇ ਦਬਾਬੇ ਦਾ ਦੋਵਾਂ ਦਾ ਲਿੰਕ ਜੋ ਇਹ ਬਿਆਸ ਦਰਿਆ ਕੋਲ ਕਰਾਉਂਦਾ ਸੀ, ਜੋ ਇੱਥੋਂ ਮੰਤਰੀਆਂ ਦਾ MLAਆਂ ਦਾ ਕਾਫੀ ਆਉਣਾ ਜਾਣਾ ਰਹਿੰਦਾ ਵਾ, ਉਹ ਅੱਜ ਅਸੀਂ ਇਹਨਾਂ ਦਾ ਵੀ ਲਿੰਕ ਤੋੜਿਆ। ਜਿੰਨਾ ਚਿਰ ਸਰਕਾਰ ਚਾਹੇ ਪ੍ਰਾਈਵੇਟ ਮਿੱਲਾਂ ਸਾਡੀ ਕੋਈ ਮੰਗ ਨਹੀਂ ਮੰਨਦੀਆਂ, ਉਹਨਾਂ ਚਿਰ ਜਿਹੜਾ ਸੰਘਰਸ਼ ਆ ਸਾਡਾ ਚਾਲੂ ਰਹੂਗਾ। ਜੋ ਇਹਨਾਂ ਨੇ ਰਾਜਨੀਤੀਆਂ ਸਰਕਾਰ ਨੇ ਤੇ ਪ੍ਰਾਈਵੇਟ ਮਿੱਲਾਂ ਨੇ ਜ਼ਿਮੀਂਦਾਰ ਦੇ ਖਿਲਾਫ ਮਾੜੀਆਂ ਨੀਤੀਆਂ ਘੜੀਆਂ ਵਾ, ਉਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਕਿਸਾਨ ਨੂੰ ਬਹੁਤ ਮਾੜੀ ਨੀਤੀਆਂ ਨਾਲ ਮਾਰਿਆ ਜਾ ਰਿਹਾ। ਅੱਜ 20 ਦਿਨ ਮਿੱਲ ਪਿਛਲੇ ਸਾਲ ਨੂੰ ਲੇਟ ਹੋ ਗਈ ਆ, 2 ਮਾਰਾਂ ਕਿਸਾਨ ਨੂੰ ਪੈ ਰਹੀਆਂ। ਜੋ ਕਿਸਾਨ ਦੇ ਖੇਤਾਂ ਚ ਗੰਨਾ ਖੜਾ ਵਾ ਉਹਦੇ ਛੱਟ ਕੇ ਲੋਕਾਂ ਨੇ ਮੋਢੇ ਕਮਾਦ ਵਿੱਚ ਕਣਕ ਬੀਜਣੀ, ਇੱਕ ਕਣਕ ਦੀ ਮਾਰ ਪੈ ਰਹੀ ਆ। ਦੂਜੀ ਕਿਸਾਨ ਨੂੰ ਜੋ ਰੇਟ ਦੀ ਮਾਰ ਵੱਲੋਂ ਮਾਰਿਆ ਜਾ ਰਿਹਾ,
ਲੱਖ ਰੁਪਈਆ ਕਿਸਾਨ ਦਾ ਜੋ ਖੇਤੀ ਦੇ ਉੱਤੇ ਖਰਚਾ ਕਮਾਦੀ ਤੇ ਆਉਂਦਾ ਵਾ ਉਹ ਬਿਲਕੁਲ ਇਹਨਾਂ ਸਰਕਾਰਾਂ ਨੇ ਇਹਨਾਂ ਪ੍ਰਾਈਵੇਟ ਵਿਦਾਂ ਦੀ ਸਾਜਿਸ਼ ਆ। ਮੈਂ ਅਪੀਲ ਕਰਦਾ ਇਹ ਸੁੱਤੀਆਂ ਸਰਕਾਰਾਂ ਨੂੰ ਕਿ ਜਾਗੋ, ਜੇ ਏਦਾਂ ਤੁਹਾਡਾ ਜ਼ਿਮੀਦਾਰ ਨੂੰ ਤੁਸੀਂ ਮਾਰਦੀਆਂ ਨੀਤੀਆਂ ਕਰੀ ਰਹੀਆਂ ਤੇ ਖੁਦ ਜੋ ਸਰਕਾਰਾਂ ਪਿਛਲੀ ਵਾਰੀ ਆਪ ਮਰੀਆਂ ਵਾ, ਖੁਦ ਇਹ ਜ਼ਿਮੀਦਾਰ ਤੁਹਾਨੂੰ ਵੀ ਲੈ ਕੇ ਜੋ ਡੁੱਬੇਗਾ। ਇਹਨਾਂ ਸਰਕਾਰਾਂ ਨੇ ਇਹਨਾਂ ਕਿਸਾਨਾਂ ਨੇ ਜੋ ਤੁਹਾਨੂੰ ਕੁਰਸੀਆਂ ਤੇ ਭਾਲਿਆ ਵਾ, ਇਹਨਾਂ ਬਾਰੇ ਵਿਚਾਰ ਕੀਤਾ ਜਾਵੇ। ਮੈਂ ਇਹਨਾਂ ਗੱਲਾਂ ਨਾਲ ਕਿਹਾ ਵਾ ਜਾਂਦਾ। ਵਾਹਿਗੁਰੂ ਜੀ ਖਾਲਸਾ। ਮਨੀਰਾ ਸਲਾਮ, ਦਿਵਿਆ ਪੰਜਾਬ ਟੀਵੀ ਘਾਦੀਆਂ।